ਮੇਰਾ ਨਾਮ ਜੀ ਕੁਲਦੀਪ ਸਿੰਘ, ਨਗਰ ਖਾਪੜਖੇੜੀ ਤੋਂ। ਸਾਡਾ ਬਿਲਕੁਲ ਨਜ਼ਦੀਕ ਪਿੰਡ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਮਤ 1652 ਦੇ ਵਿੱਚ ਗੁਰੂ ਕੀ ਵਡਾਲੀ ਪ੍ਰਕਾਸ਼ ਹੋਇਆ। ਮਹਾਰਾਜ ਦੇ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ 6 ਹਾਟਾਂ ਵਾਲਾ, 6 ਮਹਿਲਾਂ ਵਾਲਾ ਖੂਹ ਲਵਾਇਆ, ਜਿਹਦੇ ਤੋਂ ਇਸ ਗੁਰੂ ਘਰ ਦਾ ਨਾਂ ਛੇ ਹਰਟਾ ਸਾਹਿਬ ਪਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਅਨੇਕਾਂ ਵਰ ਦਿੱਤੇ। ਇੱਥੇ ਪਾਣੀ ਦੀ ਬੜੀ ਕਿਲਤੀ, ਮਹਾਰਾਜ ਨੇ ਥਾਂ ਥਾਂ 'ਤੇ ਖੂਹ ਲਵਾਏ, ਪਾਣੀ ਦੀ ਮੁਸ਼ਕਲ ਹੱਲ ਕੀਤੀ ਅਤੇ ਨਾਲ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤੇ ਕਿ ਜਿਹੜਾ ਛਿਹਾਟਾ ਸਾਹਿਬ ਬਣ ਕੇ 12 ਪੈਚਵੀਆਂ ਇਸ਼ਨਾਨ ਕਰੇਗਾ, ਉਹਦੇ ਤਨ ਮਨ ਦੇ ਦੁੱਖ ਦਰਿੱਦਰ ਦੂਰ ਹੋ ਜਾਣਗੇ। ਜਿਨ੍ਹਾਂ ਮਾਵਾਂ ਦੇ, ਜਿਨ੍ਹਾਂ ਜੀਆਂ ਦੇ ਕੋਲ ਔਲਾਦ ਨਹੀਂ ਹੈਗੀ, ਉਹ 12 ਪੈਚਵੀਆਂ 'ਤੇ ਇਸ਼ਨਾਨ ਕਰਨ ਦੇ ਨਾਲ ਔਲਾਦ ਦੀ ਪ੍ਰਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।